ठाकुर तुम पै अरदास, जियो पिंड सब तेरी रास। मात पिता हम बारक तेरे, तुम्हारी कृपा मैं सुख कहेरे। कोई न जाने तुम्हारा अंत, ऊँचे ते ऊँचा भगवंत। सगल समगरी तुम रह सूतर तारी, तुम ते हो ऐसो तुमरी गत मित, तुम्हें जानी। नानक दास सदा कुर्बानी। बोलो जी, एक ओंकार। वाहेगुरु जी की फतेह। श्री भगवती जी सहाय, वार श्री भगवती जी की पातशाही। दसवी प्रथम भगवती समरका गुरु नानक लई ते आए। फिरंगत गुर ते अमरदास, रामदास होए सहाय। अर्जन हर गोबिंद नो सिमरा, श्री हर राय। श्री हर कृष्ण ते आइया, जिस डिठे सब दुख जाय। एक बहादुर सिमरया, करन हो निध आवताय। सब थाई होए सुहाय, दसवा पातशाह श्री गुरु गोबिंद सिंह साहिब जी। सब थाई होए सुहाय, दसां पातशाहियां दी जोत। श्री गुरु ग्रंथ साहिब जी दे पाठ उदार दाते अंतर के। बोलो जी, पंजां प्यारियां चौं साहिबजादियां, चालियां मुक्तियां हठियां, जपियां तपियां। जिन्ना नाम जपिया वंड छकिया, देख चलाई देख वाही, देख के अंडिठ कीता। तिना प्यारियां सुचियारियां दी कमाई दा ध्यान तर के। बोल जी, जिन्हां सिंघां सिंघणियां धरमेत सीस दिते। बंद बंद कटाए खोपरियां लवाइयां, चरखियां ते चढ़े आरियां नाल चराए गए। गुरुद्वारियां दी सेवा लई कुर्बानियां कीतियां, धर्म नहीं हारिया। सिखी के सां सवासा नाल निभाई, तिना दी कमाई दा ध्यान तर के। बोलो जी, पंजां तख्तां सरबत गुरुद्वारियां दा ध्यान तर के। बोलो जी, प्रथमे सरबत खालसा जी की अरदास है जी। सरबत खालसा जी को वाहे गुरु, वाहे गुरु, वाहे गुरु। चित आवे चितामन का सदका, सर्व सुख होवे। जहां जहां खालसा जी साहेब, तहां तहां रचिया रियायत। देख देख फतेह बिरद के पैज, पंथ की जीत। श्री साहब जी सहाय, खालसा जी के बोल वाले। बोलो जी, सिखा नु सिखी दान, केस दान, रैत दान, बबेक दान, सहा दान, भरोसा दान, दाना सरदान, नाम दान। श्री अमृतसर साहिब जी के इशनान, चौंकियां झंडे बुंगे, जुगो जुगे अटल धर्म का जयकार। बल जी, सिखां दा मन नीमा, मत उची,
ਮਤ ਦਾ ਰਾਖਾ ਏ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਪ ਜੀ ਦੇ ਪਵਿੱਤਰ ਗੁਰਧਾਮ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਬਲ ਪ੍ਰੀਤਮ ਗੁਰੂ ਹਰਿ ਕ੍ਰਿਸ਼ਨ ਸਾਹਿਬ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਤਿਗੁਰੂ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨ ਵਿੱਚ ਰੱਬੀ ਬਾਣੀ ਇਲਾਹੀ ਬਾਣੀ ਸ੍ਰੀ ਸੁਖਮਣੀ ਸਾਹਿਬ ਜਪਜੇ ਸਾਹਿਬ ਜਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ ਜੀ ਦੇ ਸੰਪੂਰਨ ਪਾਠ ਹੋਏ ਹਨ ਗਰੀਬ ਨਵਾਜ਼ ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਸੇਵਾ ਨਿਭਾਉਂਦੇ ਹਾਂ ਅੱਖਰ ਲੱਗ ਕੰਨਾ ਭੁੱਲ ਚੁੱਕ ਮੁਆਫ ਕਰਿਓ ਅੱਗੇ ਤੋਂ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਵਿਚਾਰਨ ਦੇ ਮਤ ਬੁੱਧ ਬਖਸ਼ਣੀ ਪੜ੍ਹੇ ਸੁਣੀ ਬਾਣੀ ਦਰ ਪ੍ਰਵਾਨ ਕਰਨੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੀਆਂ ਹਿਰਦਿਆਂ ਵਿੱਚ ਵਸਾਉਣਾ ਆਈ ਸੰਗਤ ਦੀ ਹਾਜ਼ਰੀ ਸੇਵਾ ਭੇਟਾ ਦਰ ਪ੍ਰਵਾਨ ਕਰਨੀ ਕਦਮ ਲੇਖੇ ਲਾਉਣੇ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤੇ ਪਾਵਨ ਹੁਕਮ ਬਖਸ਼ ਕਰ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਇਆ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵਾਉ ਚਾਹੈ ਰਾਜ ਕਰੇਗਾ ਖਾਲਸਾ ਖੁਆਰੇ ਹੋਏ ਸਭ ਮਿਲੇਂਗੇ ਟਿਕਰ ਪੋਰ ਦਿੱਲੀ ਸਸਿਰ
ਇੱਕ ਬਹਾਦਰ ਸੀ ਕਿਰਿਆਨ ਇੱਕ ਬਹਾਦਰ ਕੇ ਚਲਤ ਹੈ 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 ਸਭ ਜਗ ਪਇਓ ਹੈ 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 ਸਭ ਜਗ ਪਇਓ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੈ ਨਾਹੀ
ਪਾਗਲ ਅਗਰ ਰਾਮ ਰਹਿ ਸ਼ਰਨਾਹੇ ਕਹਿ ਕਬੀਰ ਸੋ ਭਰਮੈ ਨਾਹੇ ਪੱਗ ਲਗ ਰਾਮ ਰਹਿ ਸ਼ਰਨਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ। ਅੰਮ੍ਰਿਤਮਈ ਅੱਜ ਦਾ ਪਾਵਨ ਗੁਰਫਰਮਾਨ ਧਨਾਸਰੀ ਰਾਗ ਅੰਦਰ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 691 92 ਵਿਖੇ ਸੁਭਾਏਮਾਨ ਹੈ। ਗੁਰੂ ਸਾਹਿਬ ਜੀ ਤਰਸ ਕਰਨ ਉਪਦੇਸ਼ ਹਿਰਦੇ ਵਿਖੇ ਵਸ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।